ਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ ਨਾਲ ਹੀ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ ਅੱਜ ਚੁੰਨੀ ਮੋਰਿੰਡਾ ਰੋਡ ਤੇ ਪਿੰਡ ਗੱਡਾਗਾ ਦੇ ਨਜ਼ਦੀਕ ਇੱਕ ਕਾਰ ਹਾਦਸੇ ਵਿੱਚ ਇੱਕ ਪਰਿਵਾਰ ਦੇ 4 ਮੈਂਬਰਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਹਰਜੀਤ ਸਿੰਘ ਕੰਗ ਪੁੱਤਰ ਜਗਿੰਦਰ ਸਿੰਘ ਜੋ ਕਿ ਵਾਸੀ ਮੋਰਿੰਡਾ ਦਾ ਰਹਿਣ ਵਾਲਾ ਸੀ ਉਹ ਆਪਣੇ ਪਰਿਵਾਰ ਸਮੇਤ ਇੱਕ ਵਿਆਹ ਸਮਾਗਮ ਤੋਂ ਘਰ ਵਾਪਸ ਆ ਰਹੇ ਸੀ ਕਿ ਉਹਨਾਂ ਦੀ ਕਾਰ ਅਚਾਨਕ ਹੀ ਹਾਦਸੇ ਦਾ ਸ਼ਿਕਾਰ ਹੋ ਗਈ ਤੇ ਇੱਕ ਪਾਣੀ ਵਾਲੇ ਟੋਭੇ ਵਿੱਚ ਜਾ ਡਿੱਗੀ ਜਿਸ ਕਾਰਨ ਕਾਰ ਸਵਾਰ 4 ਵਿਅਕਤੀਆਂ ਦੀ ਮੌਤ ਹੋ ਗਈ। ਹਰਜੀਤ ਸਿੰਘ ਕੁਲਦੀਪ ਕੌਰ ਤੇ ਨਵਦੀਪ ਕੌਰ ਦੀ ਲਾਸ਼ ਨੂੰ ਹਸਪਤਾਲ ਪਹੁੰਚਾ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਰਜੀਤ ਸਿੰਘ ਕੰਗ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੋਰਿੰਡਾ ਦੇ ਸਰਕਲ ਪ੍ਰਧਾਨ ਦੱਸੇ ਜਾ ਰਹੇ ਨੇ, ਉਹਨਾਂ ਦੀ ਪਤਨੀ ਵੀ ਅਕਾਲੀ ਦਲ ਮਹਿਲਾ ਦੀ ਸੀਨੀਅਰ ਆਗੂ ਸੀ। ਆਪਣੇ ਚੁੰਨੀ ਵੱਲ ਤੋਂ ਆ ਰਹੀ ਸੀ, ਪਤਾ ਨਹੀਂ ਇਹਨਾਂ ਦੀ ਅੱਖ ਲੱਗੀ ਕੀ ਹੋਇਆ, ਇਹਨਾਂ ਨੇ ਰੋਂਗ ਸਾਈਡ ਜਾ ਕੇ ਜੀ ਇਹ ਗੱਡੀ ਪਾਣੀ 'ਚ ਜੜ ਗਈ ਜੀ। ਅੱਛਾ, ਤੇ ਜਿੱਥੇ ਪਈ ਹੈ ਜੀ ਇੱਥੇ ਹੀ ਹੋਈ ਹੈ? ਨਹੀਂ, ਇੱਥੇ ਤਾਂ ਟਰੈਕਟਰ ਨਾਲ ਖਿੱਚ ਕੇ ਕਰੀ ਆ ਜੀ, ਪਹਿਲਾਂ ਪਾਣੀ ਦੇ ਵਿੱਚ ਸਹੀ ਹੈ, ਇਹਦੇ 4 ਟਾਇਰ ਉੱਤੇ ਨੂੰ ਤੇ ਸਿਰਫ ਟਾਇਰ ਹੀ ਦਿਖਦੇ ਸੀ, ਸਾਰੀ ਗੱਡੀ ਡੁੱਬੀ ਹੋਈ ਸੀ ਪਾਣੀ। ਸਾਨੂੰ ਇਨਫੋਰਮੇਸ਼ਨ ਮਿਲੀ ਸੀ ਪਿੰਡ ਵਾਲਿਆਂ ਤੋਂ ਹੀ ਕਿ ਗੜਾਂਗਾ ਵਿਖੇ ਇੱਕ ਗੱਡੀ ਡੁੱਬੇ ਵਿੱਚ ਗਿਰੀ ਹੋਈ ਹੈ। ਜੋ ਇਹ ਹਾਦਸਾ ਹੋਇਆ ਇਹਦੀ ਕੋਈ ਵੀ ਪੁਸ਼ਟੀ ਨਹੀਂ ਹੋ ਪਾਈ ਵੀ ਕਿਵੇਂ ਹੋਇਆ, ਪੜਤਾਲ ਕਰਦੇ ਹਾਂ। ਕਿੰਨੇ ਬੰਦਿਆਂ ਦੀ ਡੈਥ ਹੋਈ ਹੈ ਜੀ? 4 ਬੰਦਿਆਂ ਦੀ ਡੈਥ ਹੋਣੀ ਪਾਈ ਗਈ ਹੈ, ਜਿਹਦੇ ਵਿੱਚ ਇੱਕ ਮੇਲ ਹੈ ਅਤੇ 3 ਫੀਮੇਲ ਹੈ। ਕਿੱਥੋਂ ਬਿਲੋਂਗ ਕਰਦੇ ਆ ਬੰਦੇ ਜੀ? ਇਹ ਬੰਦੇ ਸਾਰੇ ਮੋਰਿੰਡੇ ਤੋਂ ਬਿਲੋਂਗ ਕਰਦੇ ਨੇ। ਇਸ ਸਬੰਧੀ ਪੁਲਿਸ ਚੌਂਕੀ ਚੁੰਨੀ ਦੇ ਇੰਚਾਰਜ ਕੁਲਵਿੰਦਰ ਸਿੰਘ ਤੇ ਪੁਲਿਸ ਚੌਂਕੀ ਗੰਡੂਆ ਦੇ ਇੰਚਾਰਜ ਅਮਨਪ੍ਰੀਤ ਕੌਰ ਬਰਾੜ ਨਾਲ ਗੱਲ ਕਰਨ ਤੇ ਉਹਨਾਂ ਨੇ ਕਿਹਾ ਕਿ ਇਸ ਦਰਦਨਾਕ ਸੜਕ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼, ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ, ਪੰਜਾਬ ਟੀਵੀ ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ ਟੀਵੀ, ਸੱਚ ਅਤੇ ਹੱਕ ਦੀ ਆਵਾਜ਼।